ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ ਵਿਜੀਲੈਂਸ ਮੂਰੇ ਤੀਜੀ ਵਾਰੀ ਪੇਸ਼ ਹੋਏ ਇਸ ਮੌਕੇ ਚੰਨੀ ਤੋਂ 3 ਘੰਟੇ ਪੁੱਛ ਪੜਤਾਲ ਕੀਤੀ ਗਈ ਵਿਜੀਲੈਂਸ ਟੀਮ ਨੇ ਮੁਹਾਲੀ ਤੇ ਰੂਪਨਗਰ ਜ਼ਿਲ੍ਹਿਆਂ ਵਿਚਲੀਆਂ ਜਾਇਦਾਦਾਂ ਸਣੇ ਗੋਆ ਦੇ ਬਹੁਤ ਚਰਚਿਤ ਰਿਜ਼ੋਰਟ ਬਾਰੇ ਸਵਾਲ ਕੀਤੇ ਅਤੇ ਬਾਹਰ ਆ ਕੇ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਨੂੰ ਚੈਲੰਜ ਕੀਤਾ ਹੈ ਕਿ ਉਹਨਾਂ ਨੇ ਜਾਇਦਾਦ ਦੇ ਸਾਰੇ ਪੇਪਰ ਹੁਣ ਵਿਜੀਲੈਂਸ ਨੂੰ ਸੌਂਪ ਦਿੱਤੇ ਨੇ ਤੇ ਸਰਕਾਰ ਹੁਣ ਜਾਇਦਾਦ ਦੇ ਵੇਰਵੇ ਨਸ਼ਰ ਕਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਮੋਗਾ ਕੋਟਪੂਰਾ ਮਾਰਗ ਤੇ ਚੰਦਪੁਰਾਣਾ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੁੱਲ 10 ਟੋਲ ਪਲਾਜ਼ੇ ਹੁਣ ਤੱਕ ਬੰਦ ਕਰਵਾ ਚੁੱਕੀ ਹੈ ਫਰੀਦਕੋਟ ਤੋਂ ਖਬਰ ਹੈ ਜਿੱਥੇ ਕਿਰਤੀ ਕਿਸਾਨ ਯੂਨੀਅਨ ਨੇ ਨਹਿਰੀ ਪਾਣੀ ਵਿੱਚ ਕਟੌਤੀ ਖਿਲਾਫ ਪੂਰੇ ਸ਼ਹਿਰ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਵੀ ਕੀਤਾ ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਪੈ ਸਿੰਘ ਟੁੱਡੀਕੇ ਨੇ ਦੱਸਿਆ ਕਿ ਮਾਲਵੇ ਦੇ ਵੱਡੇ ਹਿੱਸੇ ਵਿੱਚ ਕਰੀਬ 3 ਦਹਾਕਿਆਂ ਤੋਂ ਮਿਲ ਰਹੇ ਨਹਿਰੀ ਪਾਣੀ ਨੂੰ ਮੋਗੇ ਉੱਚੇ ਕਰਕੇ ਕਟੌਤੀ ਕੀਤੀ ਗਈ ਹੈ ਤੇ ਮੋਗੇ ਠੀਕ ਕਰਨ ਤੇ ਕਿਸਾਨ ਆਗੂਆਂ ਖਿਲਾਫ ਪਰਚੇ ਦਰਜ ਕੀਤੇ ਗਏ ਨੇ ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਮੀਤ ਹੇਰ ਨੇ ਇੱਕ ਦਿਨ ਪਹਿਲਾਂ 16400 ਬੰਦ ਪਏ ਖਾਲੇ ਮੁਰ ਚਾਲੂ ਕਰਨ ਤੇ ਇਸ ਤੇ ਦੁਆਬ ਤੇ ਅੱਪਰ ਦੁਆਬ ਵਿੱਚ 20% 20% ਦੀ ਵਧ ਪਾਣੀ ਛੱਡਣ ਦਾ ਦਾਵਾ ਕੀਤਾ ਜਦ ਕਿ ਉਹ ਮਾਲਵੇ ਦੇ ਵੱਡੇ ਹਿੱਸੇ ਨੂੰ ਸਿੰਜਣ ਵਾਲੀ ਸਰਹੰਦ ਨਹਿਰ ਅਤੇ ਇਸ ਦੀਆਂ ਚਾਰੇ ਸ਼ਖਾਵਾਂ ਬਠਿੰਡਾ ਬ੍ਰਾਂਚ ਅਬੌਰ ਕੰਬਾਈਨਡ ਬ੍ਰਾਂਚ ਤੇ ਸਿਧਵਾ ਬ੍ਰਾਂਚ ਦੇ ਵਿੱਚ ਸਮੇਂ-ਸਮੇਂ ਤੇ ਬੰਦੀ ਅਤੇ ਇਹਨਾਂ ਚੋਂ ਨਿਕਲਣ ਵਾਲੇ ਮਾਈਨਰਾਂ ਦੇ ਉੱਚੇ ਕੀਤੇ ਮੋਗਿਆ ਰਹੀ ਨਹਿਰੀ ਪਾਣੀ 'ਚ ਲਗਾਤਾਰ ਕੀਤੀ ਜਾ ਰਹੀ ਕਟੌਤੀ ਤੇ ਚੁੱਪ ਨੇ ਕਿਸਾਨਾਂ ਨੇ ਸਮੱਸਿਆ ਦਾ ਹੱਲ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਭਾਰਤ ਦੇ ਖਾਦਕਰ ਮਾਮਲਿਆਂ ਖੁਰਾਕ ਤੇ ਵੰਡ ਪ੍ਰਣਾਲੀ ਮੰਤਰਾਲੇ ਨੇ ਫੈਸਲਾ ਲਿਆ ਕਿ ਬਾਜ਼ਾਰ ਦੇ ਵਿੱਚ ਕਣਕ ਤੇ ਚੌਲਾਂ ਦੀ ਕੀਮਤ ਨਿਯੰਤਰਿਤ ਕਰਨ ਦੇ ਲਈ ਇਹਨਾਂ ਫਸਲਾਂ ਦੇ ਵਾਧੂ ਭੰਡਾਰਾਂ ਦੀ ਵਿਕਰੀ ਭਾਰਤੀ ਖੁਰਾਕ ਨਿਗਮ ਦੇ ਵੱਲੋਂ ਖੁੱਲਾ ਬਾਜ਼ਾਰ ਵਿਕਰੀ ਸਕੀਮ ਤਹਿਤ ਕੀਤੀ ਜਾਵੇਗੀ ਇਹ ਵਿਕਰੀ ਖੁੱਲੇ ਬਾਜ਼ਾਰ ਵਿੱਚ ਪਹਿਲਾਂ ਤੋਂ ਨਿਰਧਾਰਿਤ ਕੀਮਤਾਂ ਤਹਿਤ ਈ ਆਕਸ਼ਨ ਰਾਹੀਂ ਕੀਤੀ ਜਾਵੇਗੀ ਪਟਿਆਲਾ ਦੇ ਵਿੱਚ ਪੀਐਸਸੀਬੀ EMPLOYEES ਜੁਆਇੰਟ ਫੋਰਮ ਵੱਲੋਂ ਦਿੱਤੇ ਗਏ ਸੱਦੇ ਤੇ ਕੱਲ ਪੰਜਾਬ ਭਰ ਤੋਂ ਪਹੁੰਚੇ ਵੱਡੀ ਗਿਣਤੀ ਵਿੱਚ ਬਿਜਲੀ ਕਾਮਿਆਂ ਨੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਦੇ ਤਿੰਨੇ ਗੇਟਾਂ ਮੂਹਰੇ ਰੋਸ ਮੁਜ਼ਾਹਰਾ ਕੀਤਾ ਜਿੱਥੇ ਜੁਲਾਈ ਦੇ ਚੌਥੇ ਹਫ਼ਤੇ ਸੂਬਾ ਪੱਧਰੀ ਹੜਤਾਲ ਤੇ 20 ਜੁਲਾਈ ਨੂੰ ਬਿਜਲੀ ਮੰਤਰੀ ਦੇ ਘਰਾਂ ਦੇ ਮੂਹਰੇ ਪ੍ਰਦਰਸ਼ਨ ਕਰਨ ਦਾ ਵੀ ਇਹਨਾਂ ਨੇ ਐਲਾਨ ਕਰ ਦਿੱਤਾ ਹੈ ਹਾਲਾਂਕਿ ਪਟਿਆਲਾ ਪ੍ਰਸ਼ਾਸਨ ਨੇ 7 ਜੁਲਾਈ ਨੂੰ ਬਿਜਲੀ ਮੰਤਰੀ ਹਰਪੰਜਨ ਸਿੰਘ ਈਟੀਓ ਦੇ ਨਾਲ ਇਹਨਾਂ ਦੀ ਮੀਟਿੰਗ ਤੈਅ ਕਰਵਾ ਦਿੱਤੀ ਹੈ ਜਿਸ ਤੋਂ ਬਾਅਦ ਬਿਜਲੀ ਕਾਮਿਆਂ ਨੇ ਕੱਲ੍ਹ ਵਾਲਾ ਧਰਨਾ ਸਮਾਪਤ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਦੇ ਵਿੱਚ ਸੀਐਮ ਦੀ ਰਿਹائش ਵਾਲੀ ਕਲੋਨੀ ਦੇ ਨੇੜੇ ਮੋਬਾਈਲ ਟਾਵਰ ਤੇ ਚੜੀਆਂ ਦੋ ਭਰਤੀ ਉਮੀਦਵਾਰ ਲੜਕੀਆਂ ਕਰੀਬ 50 ਘੰਟੇ ਟਾਵਰ ਤੇ ਬਿਤਾਉਣ ਤੋਂ ਬਾਅਦ ਤੀਸਰੇ ਦਿਨ ਹੇਠਾਂ ਉੱਤਰ ਆਈਆਂ ਨੇ ਹੇਠਾਂ ਉਤਰਨ ਦਾ ਫੈਸਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਮੁੱਖ ਮੰਤਰੀ ਦਫ਼ਤਰ ਦੇ ਸਪੈਸ਼ਲ ਪ੍ਰਿੰਸੀਪਲ ਸਕੱਤਰ ਨਾਲ 13 ਜੁਲਾਈ ਦੀ ਮੀਟਿੰਗ ਤੈਅ ਹੋਣ ਤੋਂ ਬਾਅਦ ਲਿਆ ਹੈ ਟਾਵਰ ਤੇ ਚੜੀਆਂ ਤੇ ਹੇਠਾਂ ਪ੍ਰਦਰਸ਼ਨ ਕਰ ਰਹੀ ਉਮੀਦਵਾਰ ਪੰਜਾਬ ਪੁਲਿਸ ਭਰਤੀ 2016 ਦੀ ਵੇਟਿੰਗ ਲਿਸਟ ਕਲੀਅਰ ਕਰਕੇ ਨੌਕਰੀ ਤੇ ਜੁਆਇਨ ਕਰਾਉਣ ਦੀ ਮੰਗ ਕਰ ਰਹੇ ਨੇ